ਆਜ ਮਿਲ ਵਾਲਾ ਤੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਜਲੰਧਰ ਤੋਂ ਤੇ ਜਲੰਧਰ ਦੇ ਵਿੱਚ ਆਣ ਵੜਿਆ ਤेंदुआ ਤੇ ਲੋਕਾਂ ਨੂੰ ਪਈਆਂ ਵੱਡੀਆਂ ਭਾਜੜਾ ਤੇ ਜਲੰਧਰ ਦੇ ਪਿੰਡ ਲੰਮਾ ਦੇ ਵਿੱਚ ਇੱਕ ਤेंदुआ ਆਣ ਵੜਿਆ ਤੇ ਤेंदुए ਦੇ ਡਰ ਨਾਲ ਲੋਕਾਂ ਦੇ ਵਿੱਚ ਵੱਡੀ دہشت ਫੈਲੀ ਹੋਈ ਹੈ ਰਿਹਾਇਸ਼ੀ ਖੇਤਰਾਂ ਦੇ ਵਿੱਚ ਤेंदुए ਨੂੰ ਵੇਖ ਕੇ ਚਫੇਰਿਓਂ ਆਫੜਾ ਤਫੜੀ ਮਚ ਗਈ ਹੈ ਤੇ ਉੱਥੇ ਹੀ ਗੱਲ ਕਰੀਏ ਲੋਕਾਂ ਨੇ ਤੁਰੰਤ ਜੰਗਲੀ ਵਿਭਾਗ ਨੂੰ ਜਿਹੜਾ ਕਿ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਤੇ ਪਹਿਲਾ ਤेंदुआ ਖੇਤਾਂ ਦੇ ਵਿੱਚ ਲੁਕਿਆ ਹੋਇਆ ਸੀ ਪਰ ਉਸ ਤੋਂ ਬਾਅਦ ਉਹ ਰਿਹੈਸ਼ੀ ਇਲਾਕਿਆਂ ਦੇ ਵਿੱਚ ਜਾ ਵੜਿਆ ਤੇ ਇਸ ਨੂੰ ਦੇਖਣ ਵਾਸਤੇ ਲੋਕ ਕੋਠੀਆਂ ਦੇ ਉੱਪਰ ਇਕੱਠੇ ਹੋ ਗਏ ਤੇ ਆ ਤੁਹਾਨੂੰ ਦੱਸ ਦੀਗੇ ਪਿੰਡ ਵਾਸੀ ਸੰਤੋਖ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖੇਤ ਵਿੱਚ ਉਹ ਕੰਮ ਕਰ ਰਹੇ ਸਨ ਤੇ ਅਚਾਨਕ ਉਹਨਾਂ ਨੂੰ ਖੇਤ ਵਿੱਚ ਤेंदुआ ਨਜ਼ਰ ਆ ਗਿਆ ਤੇ ਜਿਸ ਤੋਂ ਬਾਅਦ ਉਹਨੇ ਇਸ ਦੀ ਸਾਰੀ ਜਾਣਕਾਰੀ ਪਿੰਡ ਵਾਲਿਆਂ ਨੂੰ ਦਿੱਤੀ ਤੇ ਪਿੰਡ ਦੇ ਵਿੱਚ ਜਦੋਂ ਇਹ ਪੂਰੀ ਜਾਣਕਾਰੀ ਨਿਕਲ ਕੇ ਬਾਹਰ ਆਈ ਤਾਂ ਤेंदुए ਨੇ ਪਿੰਡ ਦੇ ਅਵਾਰਾ ਕੁੱਤਿਆਂ ਨਾਲ ਜਿਹੜਾ ਕਿ ਭੇੜੇ ਆ ਭਿੜਿਆ ਤੇ ਕਾਫੀ ਕੁੱਤਿਆਂ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਹਾਲਾਂਕਿ ਕਈ ਸਥਾਨਕ ਲੋਕ ਵੀ ਇਸ ਤਿੰਦੂ ਦੇ شکار ਹੋ ਗਏ ਨੇ ਤੇ ਹੋਰ ਕਾਫੀ ਜਿਹੜੇ ਕਿ ਲੋਕਾਂ ਨੂੰ ਜਿਹੜੇ ਕਿ ਸੱਟਾਂ ਲੱਗਣ ਦੀਆਂ ਵੱਡੀਆਂ ਖਬਰਾਂ ਨਿਕਲ ਕੇ ਆ ਰਹੀਆਂ ਸੋ ਜਲੰਧਰ ਤੋਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਲਾਈਵ ਤਸਵੀਰਾਂ ਜਿਹੜੇ ਕਿ ਇਸ ਵਕਤ ਤੁਸੀਂ ਆਜ਼ ਨਿਊਜ਼ ਵਾਲਾ ਤੇ ਲਾਈਵ ਦੇਖ ਰਹੇ ਹੋ ਸੋ ਇਹ ਹੁਣ ਤੱਕ ਦੀ ਵੱਡੀ ਖਬਰ ਜਲੰਧਰ ਤੋਂ ਨਿਕਲ ਕੇ ਆ ਰਹੀ ਹੈ ਤੇ ਜਲੰਧਰ ਦੇ ਪਿੰਡ ਦੀ ਗੱਲ ਕਰੀਏ ਤਾਂ ਜਲੰਧਰ ਦੇ ਪਿੰਡ ਲੰਮਾ ਦੇ ਵਿੱਚ ਇਹ ਜਿਹੜਾ ਤਿੰਦੂ ਆ ਗਿਆ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਆ ਹੋਰ ਖਬਰਾਂ ਦੇਖਣ ਤੋਂ ਵਾਸਤੇ ਬਨੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ